अज वक्त करीब 8:15 बजे मैं राजपुरा रोड हनुमान मंदिर मत्था टेकन लिए जाना सी, तां मैं गनमैना नूं तैयार होने 15 मिनट पहले ही आख दिता सी। जदों मैं बाहर निकलिया तां कोई गनमैन भी बाहर नहीं मौजूद सीगा, तां जदों इह 15 मिनट बाद बाहर आए तां मैं इन्हां नूं कहा वी टाइम नाल बाहर आ जाया करो। इन्नी गल कहण ते गनमैन ऐसे परमजीत सिंह जो पटियाला पुलिस वल्लों मैनूं मिलिया होया, उसने बदतमीजी करनी शुरू कर दित्ती कि असीं तुहाडे नौकर नहीं लगे जे वो। ਤਾਂ ਮੈਂ IRB ਦੇ ਗਨਮੈਨ ਸਤਿੰਦਰ ਸਿੰਘ ਨੂੰ ਕਿਹਾ ਕਿ ਇਸ ਨੂੰ ਪੁਲਿਸ ਲਾਈਨ ਭੇਜ ਦਿਓ, ਇਹ ਸ਼ਰਾਬ ਕਿਹਨੇ ਪੀਤੀ ਹੋਈ ਹੈ ਅਤੇ ਆਪਦੀ ਹਾਲਤ ਦੇ ਵਿੱਚ ਨਹੀਂ ਹੈ। ਤਾਂ ਉਸਨੇ AK-47 ਜੋ ਦੂਜੇ ਗਨਮੈਨ ਦੀ ਸੀ ਉਹਨੇ ਫੜੀ ਹੋਈ ਸੀ, ਉਸਨੇ ਕੌਕ ਕਰਕੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਉਸਦੇ ਨਾਲ ਮੇਰੇ ਦੂਜੇ ਗਨਮੈਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ, ਮੇਰਾ ਵੀ ਨੁਕਸਾਨ ਹੋ ਸਕਦਾ ਸੀ, ਮੇਰੇ ਪਰਿਵਾਰ ਦੇ ਮੈਂਬਰਾਂ ਦਾ ਵੀ ਨੁਕਸਾਨ ਹੋ ਸਕਦਾ ਸੀਗਾ। ਤਾਂ ਮੇਰੇ ਨਾਲ ਮੌਜੂਦ CRPF ਦੇ ਕਾਂਸਟੇਬਲ ਸੰਦੀਪ ਕੁਮਾਰ ਅਤੇ ਪੰਜਾਬ ਪੁਲਿਸ ਵਾਲਿਆਂ ਨੇ ਉਸ ਤੋਂ ਜ਼ਬਰਦਸਤੀ AK-47 ਖੋਈ, ਤਾਂ ਮੇਰੀ ਜਾਨ ਬਚੀ। ਉਸਦੀ ਇਨਫੋਰਮੇਸ਼ਨ ਥਾਣਾ ਕੋਤਵਾਲੀ SHO ਨੂੰ ਅਤੇ ਕੰਟਰੋਲ ਰੂਮ ਪਟਿਆਲਾ ਨੂੰ ਦੇ ਕੇ ਉਸ ਨੂੰ ਥਾਣਾ ਕੋਤਵਾਲੀ ਦੇ ਹਵਾਲੇ ਕਰ ਦਿੱਤਾ ਗਿਆ। ਸਾਡੀ ਮੰਗ ਹੈ ਕਿ ਉੱਥੇ 307 ਦਾ ਪਰਚਾ ਦਰਜ ਕੀਤਾ ਜਾਵੇ ਔਰ ਸਾਨੂੰ ਜਿਹੜੀ ਸੁਰੱਖਿਆ ਹੈ ਉਹ ਵਧੀਆ ਬੰਦੇ ਦਿੱਤੇ ਜਾਣ, ਸ਼ਰਾਬੀ ਲੋਕ ਨਾ ਦਿੱਤੇ ਜਾਣ।